ਟ੍ਰੈਫਿਕ ਇੰਚਾਰਜ ਸੁਰਿੰਦਰ ਕੁਮਾਰ ਅਤੇ ਉਹਨਾਂ ਦੀ ਟੀਮ ਵੱਲੋਂ ਬੰਜਰਬਾਗ ਚੌਂਕ ਹੁਸ਼ਿਆਰਪੁਰ ਵਿੱਚ ਲਗਾਏ ਨਾਕੇ ਦੌਰਾਨ 10 ਟੈਲੀਨਿਊਜ਼ ਦੀ ਟੀਮ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਦੇ ਨਾਲ ਉਹਨਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ, ਜਿਸ ਵਿੱਚ ਨਾਕਿਆਂ ਦੌਰਾਨ ਅਤੇ ਸਕੂਲਾਂ ਵਿੱਚ ਟ੍ਰੈਫਿਕ ਸੈਮੀਨਾਰ ਆਯੋਜਿਤ ਕਰਕੇ ਵਿਦਿਆਰਥੀਆਂ ਨੂੰ ਟ੍ਰੈਫਿਕ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇੰਨਾ ਹੀ ਨਹੀਂ, ਨਿਯਮਾਂ ਦੀ ਉਲੰਘਣਾ ਕਰਨ ਵਾਲੇ ਮਾਪਿਆਂ ਨੂੰ 3 ਸਾਲ ਦੀ ਸਜ਼ਾ ਅਤੇ 25,000 ਰੁਪਏ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਨਾਬਾਲਿਗ ਵੱਲੋਂ ਗਵਾਂਢੀ ਜਾਂ ਦੋਸਤ ਦਾ ਵਾਹਨ ਚਲਾਇਆ ਜਾ ਰਿਹਾ ਤਾਂ ਮਾਲਕ ਦੇ ਖਿਲਾਫ ਵੀ ਕਾਰਵਾਈ ਹੋਵੇਗੀ। ਗੁਰਜੀਤ ਸੋਨੂੰ ਦੇ ਨਾਲ ਕੈਮਰਾਮੈਨ ਗੁਰਪ੍ਰੀਤ ਗੋਪੀ ਦੀ ਰਿਪੋਰਟ। ਸਰ, 1 ਅਗਸਤ ਤੋਂ ਸ਼ੁਰੂ ਆ ਅਤੇ ਕਿੱਦਾਂ ਚੱਲ ਰਿਹਾ ਜੀ? ਇਹ ਵਧੀਆ ਚੱਲ ਰਿਹਾ, ਔਰ ਜਿਹੜੀ 18 ਸਾਲ ਤੋਂ ਜਿਹੜੀ ਪੰਜਾਬ ਗੌਰਮੈਂਟ ਨੇ ਜਿਹੜਾ ਕਿਹਾ 18 ਸਾਲ ਦੇ ਬੱਚਿਆਂ ਦਾ ਉਹਨਾਂ ਤੋਂ ਟਾਈਮ ਦਿੱਤਾ ਗਿਆ ਹੋਰ, ਅਤੇ ਉਹ 20 ਦਿਨ ਦਾ ਟਾਈਮ ਹੋਰ ਦਿੱਤਾ ਗਿਆ। ਉਹਦੇ ਵਿੱਚ ਜਿਹੜੇ ਆ ਕੈਂਪ ਲੱਗ ਰਹੇ ਆ, ਸਕੂਲਾਂ 'ਚ ਜਾ ਕੇ ਸਮਝਾ ਰਹੇ ਹਾਂ, ਅੱਡਿਆਂ 'ਤੇ ਜਾ ਕੇ ਮੀਟਿੰਗਾਂ ਕਰ ਰਹੇ ਹਾਂ ਵੀ ਜਿਹੜਾ ਕੋਈ ਵੀ 18 ਸਾਲ ਤੋਂ ਥੱਲੇ ਬੱਚਾ ਵਹੀਕਲ ਨਹੀਂ ਚਲਾਊਗਾ, ਨਾ ਮਾਂ ਬਾਪ ਦਊਗਾ, ਅਤੇ ਜੇ ਮਾਂ ਬਾਪ ਦਿੰਦਾ ਤਾਂ ਜਿਹੜੀ 3 ਸਾਲ ਤੱਕ ਸਜ਼ਾ ਆ ਮਾਂ ਬਾਪ ਨੂੰ, ਅਤੇ 25,000 ਰੁਪਇਆ ਜੁਰਮਾਨਾ ਆ। ਅਤੇ ਸਰ, ਜਿੱਦਾਂ ਇੱਥੇ ਚਲਾਨ ਹੀ ਕੱਟੇ ਜਾ ਰਹੇ ਜਾਂ ਫਿਰ ਸਮਝਾਇਆ ਵੀ ਜਾ ਰਿਹਾ ਬੱਚਿਆਂ ਨੂੰ? ਬਿਲਕੁਲ, ਜਿਹੜੇ ਬੱਚੇ ਆ ਰਹੇ ਉਹਨੂੰ ਸਮਝਾਇਆ ਜਾ ਰਿਹਾ ਜੀ, ਅਤੇ ਚਲਾਨ ਵੀ ਕੱਟੇ ਜਾ ਰਹੇ ਆ। ਵੈਸੇ ਜ਼ਿਆਦਾ ਸਮਝਾਉਂਦੇ ਆ ਵੀ ਜਿਹੜੇ 18 ਸਾਲ ਤੋਂ ਕੋਈ ਬੱਚਾ ਆਉਂਦਾ ਉਹਨੂੰ ਬਿਲਕੁਲ ਸਮਝਾ ਰਹੇ ਆ ਵੀ ਤੂੰ ਅੱਗੇ ਤੋਂ ਜਿਹੜੀ ਡਰਾਈਵਰ ਨਹੀਂ ਕਰਨੀ, ਕਿਉਂ ਜਦੋਂ ਤੁਹਾਡਾ ਲਾਇਸੈਂਸ ਨਹੀਂ ਬਣਦਾ, ਵੀ 18 ਸਾਲ ਤੋਂ ਉੱਪਰ ਲਾਇਸੈਂਸ ਬਣੂਗਾ, ਉਹ ਤੋਂ ਥੱਲੇ ਕੋਈ ਵੀ ਜਿਹੜੀ ਆ ਡਰਾਈਵਿੰਗ ਨਹੀਂ ਕਰਨੀ 2 ਵਹੀਕਲ 'ਤੇ। ਜਿਹੜਾ ਦੂਜੇ ਵੀ ਆ ਰਹੇ ਆ ਉਹਨਾਂ ਨੂੰ ਸਮਝਾ ਰਹੇ ਹਾਂ ਵੀ ਆਪਾਂ ਹੈਲਮਟ ਪਾ ਕੇ ਚੱਲੋ, ਲਾਇਸੈਂਸ ਤੁਹਾਡੇ ਕੋਲ ਹੋਵੇ, ਅਤੇ ਜਿਹੜਾ ਕੋਈ ਗੁਆਂਢ ਵੀ ਜਿਹੜਾ ਕੋਈ ਮਾਕੇ ਵੀ ਲਿਆਊਗਾ ਕਾਰ ਵੀ, ਉਹ ਤੋਂ ਵੀ ਉਨੀ ਹੋਣੀ ਆ ਜਿੱਦਾਂ ਜਦੋਂ ਇਹ ਲਾਗੂ ਕਾਨੂੰਨ ਹੋ ਜਾਂਦੇ ਆ। ਅਤੇ ਜਿੱਦਾਂ ਕੋਈ ਮਾਕੇ ਵਹੀਕਲ ਲੈ ਜਾਂਦਾ ਅਤੇ ਜਿੱਦਾਂ 3 ਸਾਲ ਤੱਕ ਸਜ਼ਾ ਉਹਦੀ। ਅਗਰ ਕੋਈ ਦਿੰਦਾ ਵੀ ਆ ਅਤੇ ਵਹੀਕਲ ਉਹਨੂੰ ਬੱਚਾ 18 ਸਾਲ ਤੋਂ ਥੱਲੇ ਆ, ਬਿਲਕੁਲ ਜੀ ਉਹਨੂੰ ਵੀ ਉਹੀ ਸਜ਼ਾ ਆ ਜੋ ਮਾਪਿਆਂ ਦੀ ਸਜ਼ਾ ਆ, ਉਹ ਜਿਹੜਾ ਕੋਈ ਵਹੀਕਲ ਮਾਕੇ ਲੈ ਕੇ ਜਾ ਰਿਹਾ ਕਿਸੇ ਕੋਲ, ਅਤੇ ਬਿਲਕੁਲ ਹੀ ਉਹਦਾ ਜਿਹਨੂੰ ਦੇ ਰਹੇ ਉਹਦਾ ਲਾਇਸੈਂਸ ਪਹਿਲਾਂ ਚੈੱਕ ਕਰੋ ਵੀ 18 ਸਾਲ ਤੋਂ ਉੱਪਰ ਹੈਗਾ, ਉਹਨੂੰ ਵਹੀਕਲ ਦਿਓ, ਉਹਦਾ ਲਾਇਸੈਂਸ ਵਗੈਰਾ ਡਰਾਈਵਿੰਗ ਲਾਇਸੈਂਸ ਜ਼ਰੂਰ ਚੈੱਕ ਕਰੋ। ਅਤੇ ਸਰ, ਮਾਪਿਆਂ ਨੂੰ ਕੀ ਅਪੀਲ ਕਰਨਾ? ਮੈਂ ਇਹੋ ਬੇਨਤੀ ਕਰੂੰਗਾ ਵੀ ਜਿਹੜੇ ਪੰਜਾਬ ਸਰਕਾਰ ਦੇ ਜਿਹੜੇ ਆ ਹੁਕਮ ਜਿਹੜੇ ਲਾਗੂ ਹੋਏ ਆ, ਅਤੇ ਇਹਦੀ ਇਨ ਬਿਨ ਪਾਲਣਾ ਕੀਤੀ ਜਾਵੇ, ਆਪਣੇ ਬੱਚੇ ਨੂੰ 18 ਸਾਲ ਤੋਂ ਘੱਟ ਕਿਸੇ ਨੂੰ ਵੀ ਕੋਈ ਵਹੀਕਲ ਨਾ ਦਿਓ। ਉਹਦੀ ਜਿਹੜੀ ਆ, ਕਿਉਂ ਜੇ ਦਿਓਗੇ ਤਾਂ ਐਕਸੀਡੈਂਟ ਹੁੰਦੇ ਆ, ਕੀਮਤੀ ਜਾਨਾਂ ਜਾਂਦੀਆਂ ਨੇ, ਸਰਕਾਰ ਨੇ ਜੋ ਇੰਪਲੀਮੈਂਟ ਹੋਈ ਆ, ਅਤੇ ਇਹਦੇ ਜਿਹੜਾ ਇਹਦੀ ਪਾਲਣਾ ਕਰੋ ਜੀ, ਜ਼ਰੂਰੀ ਆ, ਬਹੁਤ ਜ਼ਿਆਦਾ ਜ਼ਰੂਰੀ ਆ। हमारे कोचिंग इंस्टीट्यूट में बोथ स्कूलिंग एंड कोचिंग फैसिलिटी को लेंगे, उनको कोई भी एक्स्ट्रा ट्यूशन या कोचिंग लेने की जरूरत नहीं पड़ेगी। उनका समय और उनका पैसा दोनों हमारे साथ एडमिशन लेने पे बच सकता है।